ਸਾਡਾ ਤਾਂ ਕੋਈ ਰੋਲ ਨਹੀਂ ਹੈਗਾ। ਤੁਹਾਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ ਪੁੱਛੋ ਸਾਨੂੰ ਸਾਨੂੰ ਹੈ ਨਜਾਇਜ਼ੀਆਂ ਨੂੰ ਕੀਤਾ ਗਿਆ ਨਜਾਇਜ਼ੀਆਂ ਨੂੰ ਕੀਤਾ ਗਿਆ ਸਾਨੂੰ ਪਤਾ ਹੀ ਨਹੀਂ। ਪੁਲਿਸ ਕਹਿ ਰਹੀ ਹੈ ਕਿ ਮਾਰਨ ਵਾਸਤੇ 15 ਲੱਖ ਰੁਪਇਆ ਦਿੱਤਾ ਗਿਆ। ਕੀ ਬਰਾਮਦ ਹੋਇਆ ਸਾਨੂੰ ਦੱਸੋ, ਇਹਨਾਂ ਨੂੰ ਉਹਨਾਂ ਨਾਲ ਕਾਲ ਕੀਤੀ ਹੈ ਜਾਂ ਕੈਮਰੇ ਚੈੱਕ ਕੀਤੇ ਗਏ ਨੇ ਕਿ ਉਹ ਝੂਠੇ ਲਿਆ ਕੇ ਝੂਠੀਆਂ ਧੱਕਿਆ ਧੱਕਾ ਹੁੰਦਾ ਪਿਆ ਸਾਡਾ ਬਿਲਕੁਲ ਧੱਕਾ ਹੋਣ ਡੇ ਹੈ। ਕੋਈ ਕੋਈ ਪ੍ਰੂਫ ਨਹੀਂ ਸਾਡੇ ਕੋਲ ਲਿਆ ਸਾਡੇ ਕੋਲ ਨਹੀਂ ਨਹੀਂ ਸਾਡੇ ਕੋਲ ਫੋਨ ਲਿਆ ਧੱਕਾ ਸਾਡੇ ਨਾਲ ਧੱਕਾ ਹੋਇਆ ਧੱਕਾ। ਮਾਮਲਾ ਇਹਨਾਂ ਦਾ ਵੀ ਇਹਨਾਂ ਨੇ ਐਨ ਆਰ ਆਈ ਆਰ ਸਜੇ ਸੀਗੇ ਉਹਨਾਂ 'ਤੇ ਗੋਲੀ ਚਲਾਈ ਸੀਗੀ ਅਤੇ ਉਹ ਜਿਹੜੇ ਗੋਲੀ ਚਲਾ ਕੇ ਭੱਜ ਗਏ ਸੀਗੇ ਉਹ ਮੁੜ ਕੇ ਬੰਦੇ ਗ੍ਰਿਫਤਾਰ ਹੋਏ ਆ। ਉਹਨਾਂ 'ਚੋਂ ਦੋ ਜ਼ਖਮੀ ਆ, ਇੱਕ ਜਿਹੜਾ ਵਾ ਸ਼ੂਟਰ ਜਿਹੜੇ ਸ਼ੂਟਰ ਨੇ ਅਤੇ ਉਹਦਾ 2 ਦਿਨ ਦਾ ਰਿਮਾਂਡ ਮਿਲਿਆ ਉਹ ਹਸਪਤਾਲ ਇਹਨਾਂ ਦਾ 2 ਦਿਨ ਦਾ ਪਹਿਲਾਂ ਰਿਮਾਂਡ ਮਿਲਿਆ ਸੀ ਜਿਹੜੇ ਇਹਨਾਂ ਨੇ ਪਨਾਹ ਦਿੱਤੀ ਸੀਗੀ ਇਹਨਾਂ 2 ਦਿਨ ਦਾ ਰਿਮਾਂਡ ਮਿਲਿਆ ਅੱਜ ਖਤਮ ਹੋਇਆ। ਅੱਜ ਅਸੀਂ 4 ਬੰਦੇ ਪੇਸ਼ ਕਰਦੇ ਸ਼ੂਟਰ ਕਿੰਨੇ ਇਹਨਾਂ ਸ਼ੂਟਰ ਕੋਈ ਨਹੀਂ ਇਹਨਾਂ ਇਹ ਸਿਰਫ ਹੋਟਲ ਦੇ ਇਹਨਾਂ ਨੇ ਪਨਾਹ ਹੀ ਦਿੱਤੀ ਸੀ 2 ਬੰਦੇ ਹੋਟਲ ਮਤਲਬ ਰਿਮਾਂਡ ਕਿੰਨੇ ਦਿਨ ਦਾ ਮਿਲਿਆ ਇਹਨਾਂ ਨੂੰ ਰਿਮਾਂਡ 2 ਦਿਨ ਦਾ ਪਹਿਲਾਂ ਮਿਲਿਆ ਸੀਗਾ ਹੁਣ 14 ਦਿਨ ਦਾ ਬਰਾਮਦ ਹੋ ਗਈ ਪਿਸਤੌਲਾਂ ਉਹ ਹਾਂ ਪਿਸਤੌਲ ਬਣਾਉ ਟੋਟਲ ਕਿੰਨੇ ਆਰੋਪੀ ਵਾਸਤੇ ਅਸੀਂ ਟੋਟਲ 5-6 ਲਏ ਸ਼ੂਟਰ ਦਾ 2 ਦਿਨ ਦਾ ਰਿਮਾਂਡ ਮਿਲਿਆ ਹਾਂਜੀ ਸਾਬੀ ਦਾ ਸ਼ੂਟਰ ਦਾ ਪੂਰਾ ਨਾਮ ਸੁਖਵਿੰਦਰ ਸਿੰਘ ਸਾਡਾ ਤਾਂ ਕੋਈ ਰੋਲ ਨਹੀਂ ਹੈਗਾ ਤੁਹਾਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ ਸਾਨੂੰ ਸਾਨੂੰ ਹੈ ਨਜਾਇਜ਼ੀਆਂ ਨੂੰ ਕੀਤਾ ਗਿਆ ਸਾਨੂੰ ਪਤਾ ਹੀ ਨਹੀਂ। ਪੁਲਿਸ ਕਹਿ ਰਹੀ ਹੈ ਕਿ ਮਾਰਨ ਵਾਸਤੇ 15 ਲੱਖ ਰੁਪਇਆ ਦਿੱਤਾ ਗਿਆ ਫੋਨ ਲਿਆ ਗਿਆ ਕੀ ਬਰਾਮਦ ਹੋਇਆ ਸਾਨੂੰ ਦੱਸੋ, ਇਹਨਾਂ ਨੂੰ ਉਹਨਾਂ ਨਾਲ ਕਾਲ ਕੀਤੀ ਹੈ ਜਾਂ ਕੈਮਰੇ ਚੈੱਕ ਕੀਤੇ ਗਏ ਨੇ ਕਿ ਉਹ ਝੂਠੇ ਲਿਆ ਕੇ ਝੂਠੀਆਂ ਧੱਕਿਆ ਧੱਕਾ ਹੁੰਦਾ ਪਿਆ ਸਾਡਾ ਬਿਲਕੁਲ ਧੱਕਾ ਹੋਣ ਡੇ ਹੈ। ਕੋਈ ਕੋਈ ਪ੍ਰੂਫ ਨਹੀਂ ਸਾਡੇ ਕੋਲ ਲਿਆ ਸਾਡੇ ਕੋਲ ਨਹੀਂ ਨਹੀਂ ਸਾਡੇ ਕੋਲ ਫੋਨ ਲਿਆ ਧੱਕਾ ਸਾਡੇ ਨਾਲ ਧੱਕਾ ਹੋਇਆ ਧੱਕਾ। ਮਾਮਲਾ ਇਹਨਾਂ ਦਾ ਵੀ ਇਹਨਾਂ ਨੇ ਐਨ ਆਰ ਆਈ ਆਰ ਸਜੇ ਸੀਗੇ ਉਹਨਾਂ 'ਤੇ ਗੋਲੀ ਚਲਾਈ ਸੀਗੀ ਅਤੇ ਉਹ ਜਿਹੜੇ ਗੋਲੀ ਚਲਾ ਕੇ ਭੱਜ ਗਏ ਸੀਗੇ ਉਹ ਮੁੜ ਕੇ ਬੰਦੇ ਗ੍ਰਿਫਤਾਰ ਹੋਏ ਆ। ਉਹਨਾਂ 'ਚੋਂ 2 ਜ਼ਖਮੀ ਆ, ਇੱਕ ਜਿਹੜਾ ਵਾ ਸ਼ੂਟਰ ਜਿਹੜੇ ਸ਼ੂਟਰ ਨੇ ਅਤੇ ਉਹਦਾ 2 ਦਿਨ ਦਾ ਰਿਮਾਂਡ ਮਿਲਿਆ ਉਹ ਹਸਪਤਾਲ ਇਹਨਾਂ ਦਾ 2 ਦਿਨ ਦਾ ਪਹਿਲਾਂ ਰਿਮਾਂਡ ਮਿਲਿਆ ਸੀ ਜਿਹੜੇ ਇਹਨਾਂ ਨੇ ਪਨਾਹ ਦਿੱਤੀ ਸੀਗੀ ਇਹਨਾਂ 2 ਦਿਨ ਦਾ ਰਿਮਾਂਡ ਮਿਲਿਆ ਅੱਜ ਖਤਮ ਹੋਇਆ। ਅੱਜ ਅਸੀਂ 4 ਬੰਦੇ ਪੇਸ਼ ਕਰਦੇ ਸ਼ੂਟਰ ਕਿੰਨੇ ਇਹਨਾਂ ਸ਼ੂਟਰ ਕੋਈ ਨਹੀਂ ਇਹਨਾਂ ਇਹ ਸਿਰਫ ਹੋਟਲ ਦੇ ਇਹਨਾਂ ਨੇ ਪਨਾਹ ਹੀ ਦਿੱਤੀ ਸੀ 2 ਬੰਦੇ ਹੋਟਲ ਮਤਲਬ ਰਿਮਾਂਡ ਕਿੰਨੇ ਦਿਨ ਦਾ ਮਿਲਿਆ ਇਹਨਾਂ ਨੂੰ ਰਿਮਾਂਡ 2 ਦਿਨ ਦਾ ਪਹਿਲਾਂ ਮਿਲਿਆ ਸੀਗਾ ਹੁਣ 14 ਦਿਨ ਦਾ ਇਹਨਾਂ ਮਤਲਬ ਜਿਹੜੇ ਉਹਦੇ ਪਹਿਲਾਂ ਸਾਬਕਾ ਸਹੁਰੇ ਸੀਗੇ ਸਹੁਰਾ ਸਾਹਿਬ ਸੀਗੇ ਇਹਨਾਂ ਦਾ ਜਾਨੀ ਕਿ ਅਤੇ ਜਿਹੜਾ ਇਹਨਾਂ ਦਾ ਜਿਹਨਾਂ ਗੋਲੀ ਚਲਾਈ ਸੀ ਉਹ ਆਪਣਾ ਬਰਾਮਦ ਹੋ ਗਈ ਪਿਸਤੌਲਾਂ
ਪਿਸਤੌਲ ਕਢਾਉਣ। ਟੋਟਲ ਕਿੰਨੇ ਆਰੋਪੀ ਅੱਜ ਇੱਥੇ ਤੁਸੀਂ ਲਿਆਏ ਪੇਸ਼ ਵਾਸਤੇ? ਅਸੀਂ ਟੋਟਲ 5 ਤੇ 6 ਲਿਆਏ। ਸ਼ੂਟਰ ਦਾ 2 ਦਿਨ ਦਾ ਰਿਮਾਂਡ ਮਿਲਿਆ। ਸ਼ੂਟਰ ਦਾ ਨਾਮ ਕੀ ਹੈ? ਹਾਂਜੀ ਸਾਬੀ ਦਾ। ਸ਼ੂਟਰ ਦਾ ਪੂਰਾ ਨਾਮ? ਸੁਖਵਿੰਦਰ ਸਿੰਘ।